चौधरी को अपनी भैन नु भेजता ही नाम मुरादा वाह हो तेरी भैन भेज इना दा बेड़ा तर जे खाना खराब दे बच्चियां दा सलील कमीने कुत्ते ਮਹਿੰਗਾਈ ਦਾ ਉਹ ਆਲਮ ਕਾਕਾ ਹੋ ਗਿਆ। ਅੱਛਾ ਜੀ ਵੀ ਮਰਾਸੀਆਂ ਨੂੰ ਦੇਖੋ ਮਹਿੰਗਾਈ ਦੇ ਵਿੱਚ ਕੀ ਲੱਭਣ ਡਿਆ। ਓਏ ਹੋਏ ਹੋਏ 2 ਘੰਟੇ ਫਿਰ ਕੇ ਅੱਛਾ ਇਹ ਬੇਟੇ ਇੱਕ ਕਰੇਲਾ ਲੈ ਕੇ ਆਏ। ਭਾਈ ਤੁਸੀਂ ਤੇ ਕਰੇਲੇ ਲੈਣ ਗਏ ਸੋ ਬੇਟੇ ਜਿੰਨੇ ਪੈਸੇ ਉਹਨੇ ਹੀ ਦੇਣੇ ਨੇ ਹੁਣ ਮੈਂ ਉੱਥੇ ਭੈਣ ਦਾ ਰਿਸ਼ਤਾ ਦੇ ਕੇ ਕਰੇਲੇ ਲੈ ਆਵਾਂ ਜਿੰਨੇ ਮੈਂ ਪੈਸੇ ਦੇਣੇ ਸੀ ਪਹਿਲੋ ਕੀ ਜ਼ਮਾਨਾ ਹੁੰਦਾ ਸੀ ਬਿਲਕੁਲ ਥੋੜੇ ਜਿਹਾ ਪੈਸੇ ਲੈ ਕੇ ਜਾਈਦਾ ਸੀ ਹਾਏ ਥੈਲਾ ਭਰ ਕੇ ਸਬਜ਼ੀਆਂ ਨਾਲ ਲਿਆਈਦਾ ਕੀ ਬਾਤ ਹੁਣ ਥੈਲਾ ਭਰ ਕੇ ਸਬਜ਼ੀਆਂ ਹੁਣ ਥੈਲਾ ਭਰ ਕੇ ਪੈਸਿਆਂ ਦਾ ਹਾਂਜੀ ਤੇ ਹੁਣ ਬਾਜੀ ਸਬਜ਼ੀ ਆ ਇੱਕ ਆਉਂਦੀ 2 ਬੋਟੀਆਂ ਲੈ ਕੇ ਆਇਆ ਦੱਸੋ ਖਾਨ ਸਾਹਿਬਾ ਨੇ ਕਰੇਲੇ ਅੱਜ ਪਕਾਉਣੇ ਉੱਤੋਂ ਤੁਸੀਂ ਮਹਿੰਗਾਈ ਕਰਦੀ ਇਹ 2 ਬੋਟੀਆਂ ਤੇ ਸ਼ਮਾਰ ਤੁਹਾਡੇ ਤੇ ਲੱਖ ਲਾਣਤ ਬਈ 2 ਬੋਟੀਆਂ ਤੁਸੀਂ ਭੈਣ ਦਾ ਸਦਕਾ ਦੇਣਾ ਭਾਜੀ ਸਦਕਾ ਨਹੀਂ ਦੇਣਾ ਸਾਲਾ ਮੇਰਾ ਸਾਲਾ ਬਣ ਕੇ ਰਹਿ ਸਾਲਾ ਬਣ ਕੇ ਰਹਿ ਨਹੀਂ 2 ਬੋਟੀਆਂ ਸੀ ਕੀ ਖਾਵਾਂਗੇ ਤੇ ਬੇਟਾ ਜਿੰਨੇ ਮੇਰੇ ਕੋ ਪੈਸੇ ਸੀ ਮੈਂ ਲੈਣ ਦੇ ਤੂੰ ਉੱਤੋਂ ਘਰ ਦੇ ਵਿੱਚ ਪਲਣ ਦੇ ਆ ਇਹ ਤੈਨੂੰ ਪਤਾ ਭੈਣ ਦੇ ਘਰ ਭਰਾ ਕੀ ਹੁੰਦਾ ਬੱਬਰ ਸ਼ੇਰ ਕੁੱਤਾ ਹੁੰਦਾ ਇਹਨ ਖੱਤੀ ਮਾਰਿਆ ਬੱਬਰ ਸ਼ੇਰ ਹੋਵੇ ਤੇ ਕੰਮ ਤੇ ਨਾ ਜਾਵੇਂ ਭਾਈ ਤੁਸੀਂ ਤਾਂ ਜਾਂਦੇ ਹੋ ਇੱਥੇ ਡੇਰੇ ਲਾ ਕੇ ਬੈਠਾ ਉਹ ਮੈਂ ਵੇਲਾ ਨਹੀਂ ਗਿਆ ਇੱਕ ਬੰਦਾ ਮੈਨੂੰ ਕਹਿੰਦਾ ਕੰਮ ਕੀ ਕਰੀ ਹੋਈ ਆ ਦੇ ਨਾਲ ਕੋਈ ਔਲਾਦ ਵੀ ਮੇਰੇ ਘਰ ਇੱਕੋ ਹੀ ਧੀ ਹੋਈ ਏ ਜਦੋਂ ਮੈਂ ਟਾਂਗਾ ਜੋਨਾ ਉਦੋਂ ਹੀ ਕਹਿੰਦਾ ਕੀ ਕਰ ਰਹੇ ਹੋ ਬਗੈਰਤ ਇਨਸਾਨ ਕੁੱਤਾ ਕਮੀਨਾ ਕੋ ਵੇਖਣ ਲਿਆ ਮੇਰੇ ਨਾਲ ਆ ਮਰਾਸੀਓ ਆ ਮਰਾਸੀਓ ਹਾਏ ਠੰਡ ਤੋਂ ਡਰੀ ਕੋਮ ਸਦਕੇ ਜਾਵਾਂ ਬਰਫ ਲੈਣ ਵੀ ਜਾਣਾ ਤੇ ਕੋਟ ਪਾ ਕੇ ਜਾਣਾ ਕਿਤੇ ਠੰਡ ਨਾ ਲੱਗ ਜਾਏ ਤੇ ਹੋਰ ਤੁਹਾਡੇ ਤਾਈਆਂ ਨੂੰ ਬਰਫ ਖਾਈ ਜਾਣੀ ਹੈ ਮਰੇ ਸਾਡੇ ਤੇ ਵੱਡਿਆਂ ਨੇ ਕਿਹਾ ਕੀ ਕਿ ਜਿੰਨੇ ਸਰਦੀ ਦਾ ਆਦਬ ਨਹੀਂ ਕੀਤਾ ਸਾਡੇ ਚੋਂ ਨਹੀਂ ਹਾਏ ਹਾਏ ਸਾਡੀ ਤੇ ਖਾਲਾਂ ਨੂੰ ਤਲਾਕ ਠੰਡ ਦੀ ਵਜ੍ਹਾ ਨਾਲ ਹੋਈ ਏ ਬਿਲਕੁਲ ਖਾਲੂ ਠੰਡਾ ਸੀ ਸਾਡਾ ਪਿਓ 2 ਦਫਾ ਮਰੇ ਉਹ ਕਿਵੇਂ ਠੰਡ ਲੱਗੀ ਫੌਤ ਹੋ ਗਿਆ ਉੱਤੇ ਜਾ ਕੇ ਹੂਰਾ ਨੇ ਪੱਖਾ ਚੱਲਿਆ ਉੱਥੇ ਫੇਰ ਫੌਤ ਹੋ ਗਿਆ ਹਾਂਜੀ ਬੇਟੇ ਮੇਰਾ ਚਾਚਾ ਠੰਡ ਨਾਲ ਮਰਿਆ ਓਏ ਕਿਵੇਂ ਉਹਦਾ ਪੁੱਤਰ ਪਾਸ ਹੋਇਆ ਕਹਿੰਦਾ ਠੰਡ ਪਾਤੀ ਉਹ ਪਿਆ ਬਲਾ ਆਪਣੀ ਭੈਣ ਨੂੰ ਕਿੱਥੇ ਆ ਓ ਮਸਰੂਫੀਅਤ ਕਿੱਥੇ ਮਸਰੂਫੀਅਤ ਕੀ ਓ ਅੰਦਰ ਸ਼ਾਪਿੰਗ ਕਰਨ ਗਈ ਹੈ ਸ਼ਾਪਿੰਗ ਤਾਂ ਮੈਂ ਕਰਕੇ ਆ ਰਿਹਾ ਉਹ ਕਿੱਥੇ ਗਈ ਹੈ ਉਹ ਤੁਹਾਡੇ ਪਿੱਛੇ ਗਈ ਹੈ ਮੇਰਾ ਪੁੱਤਰ ਮੇਰੇ ਪਿੱਛੇ ਨੂੰ ਛੱਡ ਦੇ ਉਹਨੂੰ ਬੁਲਾ ਜਲਦੀ ਚੱਲ ਨਹੀਂ ਭਾਈ ਇੱਥੇ ਹੈ ਹੀ ਨਹੀਂ ਉਹ ਮੈਂ ਸਭ ਸਮਝ ਗਿਆ ਜਿਵੇਂ ਮੈਂ ਕਰੋ ਜਾਨਾ ਚੌਧਰੀ ਉਹਨੂੰ ਹਵੇਲੀ ਦੇ ਵਿੱਚ ਬੁਲਾ ਲੈਂਦਾ ਇਹ ਚੌਧਰੀ ਨੇ ਜਿਹੜੀ ਚੈਨ ਕੁੱਪੀ ਪਾਈ ਹੈ ਨਾ ਅੱਜ ਮੈਂ ਚੈਨ ਵੀ ਤੋੜਾਂਗਾ ਤੇ ਕੁੱਪੀ ਵੀ ਓਏ ਕੋਈ ਨਾ ਜਾਣਾ ਜਾਣਾ ਉਹਨਾਂ ਸੜਕ ਬਣਾਉਣੀ ਹੈ ਮਾਂ ਅੰਦਰ ਕਿਹੜੀ ਸੜਕ ਬਣਨ ਲਈ ਆ ਉਹ ਦਰਅਸਲ ਅੰਦਰ ਪੰਚਾਇਤ ਲੱਗੀ ਤੇ ਉਹ ਲੇਟੀ ਹੈ ਪੰਚਾਇਤ ਦੇ ਵਿੱਚ ਬੈਠੀ ਦਾ ਲੇਟੀ ਦਾ ਨਹੀਂ ਆ ਬਗੈਰਤਾ ਉਹੀ ਉਹ ਸਲੀਲਾ ਭੈਣ ਦੇ ਪੈਸੇ ਖਾਣ ਵਾਲਿਆ ਉਹ ਫੈਸਲੇ ਕੁੱਤਿਆਂ ਦਾ ਮੈਂ ਲਿਆ ਓਏ ਮੈਂ ਨਾ ਦੋ ਭਾਈ ਨਾ ਪਰਾ ਪਰਾ ਤਾ ਹੋ ਜਾ ਕਰੇ ਇੰਜ ਨਹੀਂ ਚਾਹੀਦਾ ਉੱਤੋਂ ਦਰਦ ਹੁੰਦਾ ਇੱਥੇ ਕਰਨ ਲਈ ਆ ਅੰਦਰ ਕਰਨ ਲਈ ਮੈਨੂੰ ਹਰ ਜੁਮੇ ਰਾਤ ਰਹਿਣੀ ਮੇਰੇ ਗੁਰਦੇ ਚ ਤਕਲੀਫ ਹੈ ਤੇਰਾ ਬੇੜਾ ਕਰੇ ਮੈਂ ਮੱਲੇ ਦੀਆਂ ਖੋਤੀਆਂ ਦੇ ਮਗਰ ਫਿਰਨ ਡੇ ਆ ਖੱਤੀ ਮਾਂ ਦੀ ਹੈ ਬੱਚੀਏ ਕੀ ਕਰ ਰਹੀ ਸੀ ਅੰਦਰ ਅੰਦਰ ਬਰਤਨ ਧੋਣ ਡੇ ਸੀ ਬਰਤਨ ਤੇਰੇ ਘਰ ਦੇ ਜੱਗ ਮਾਂਜਣ ਵਾਲੇ ਤੂੰ ਬਰਤਨ ਤੇਰਾ ਬੇੜਾ ਤਰੇ ਤੇਰੇ ਤੇ ਹੱਥ ਸੁੱਕੇ ਨੇ ਹਾਏ ਮੈਂ ਨਾਲ ਨਾਲ ਸਾਫ਼ ਕਰਦੀ ਰਹੀ ਇਹ ਤਾਂ ਤੇਰੀ ਪੁਰਾਣੀ ਆਦਤ ਸੀ ਮੈਨੂੰ ਪਤਾ ਓਏ ਨਾ ਮਾਰੋ ਨਾਲ ਨਾਲ ਸਾਫ਼ ਕਰਨੀ ਚੁੱਪਾ ਨਾ ਮਾਰੋ ਨੂੰ ਵੀਕਨੈਸ ਹੋਈ ਵੀਕਨੈਸ ਮੈਂ ਤੇਰੇ ਛਿੱਲ ਲਾ ਦੇਣੀ ਹੈ ਹਾਂ ਕੀ ਕੀ ਤੇਰਾ ਬੇੜਾ ਤਰੇ ਤੂੰ ਔਰਤ ਨਹੀਂ ਨਹਿਰ ਹੈ ਹਰ ਸਾਲ ਬੰਦਾ ਲੈਂਦੀ ਹੈ ਖਾਣਾ ਖਰਾਬ ਬਲਾ ਚੌਧਰੀ ਨੂੰ ਇਹ ਮਲਕ ਬਾਦਸ਼ਾਹ ਇਹ ਤੁਹਾਡੇ ਬੱਚੇ ਜੀ ਨੇ ਇਹ ਸਰਦਾਰ ਜੀ
ਤੁਹਾਡੇ ਬੱਚਾ ਜੀ ਨਾ ਆਪਣੇ ਭਾਵੇਂ ਕੰਜਰਾਂ ਦੇ ਫੁੜ ਅੱਕੇ ਮਰ ਜਾਂਦੇ ਚੌਧਰੀ ਦੇਖ ਲਓ ਇਹਨਾਂ ਦਾ ਬੇੜਾ ਤਰੇ ਕਮਾਦਾਂ 'ਚ ਬਹਿ ਕੇ ਧੀ ਦੇ ਦਿਨ ਰੱਖ ਲੈਂਦੇ ਨੇ ਇਹ 25 ਤਰੀਕ ਕੈਸੀ ਰਹਿ ਗਈ ਖੰਨਾ ਖਰਾਬ ਇੰਨੇ ਕੁ ਪੱਠਿਆਂ ਤੋਂ ਸਕਾ ਮਾਮਾ ਵੱਢਣ ਵਾਲੇ ਹੋ ਘਬਰਾਈ ਕੌਮ ਹੋਏ ਹੋਏ ਤੌਬਾ 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 ਇਹ ਦੋ ਔਰਤਾਂ ਨਹਿਰ ਦੇ ਕੱਪੜੇ ਧੋਣ ਡੀਆਂ ਪੰਜ ਸੱਤ ਮਰਾਸੀ ਇਕੱਠੇ ਹੋ ਕੇ ਉਧਰੋਂ ਦੀ ਲੰਘਣ ਡੈਣ ਇੱਕ ਉੱਠ ਕੇ ਕਹਿੰਦੀ ਨੀ ਥੱਲੇ ਥੱਲੇ ਹੋ ਜਾਓ ਨੀ ਬੰਦੇ ਆਉਣ ਡਾਈ ਦੂਜੀ ਉੱਠ ਕੇ ਕਹਿੰਦੇ ਨੀ ਬੰਦੇ ਕਦੋਂ ਇਹ ਤਾਂ ਮਰਾਸੀ ਹੈ ਮੈਂ ਤੇਰਾ ਗੁੱਸਾ ਵੀ ਇੱਦਾਂ ਹੀ ਬੇੜਾ ਤਰੇ ਇਹ ਬੰਦੇ ਕੋਲ ਆਪਣੇ ਪਿਓ ਨੂੰ ਓਏ ਬਾਜੀ ਦੀ ਤਬੀਅਤ ਖਰਾਬ ਹੋਈ ਤੂੰ ਢੋਲ ਫੜ मरासी ਚੱਲ ਆਪੇ ਨੂੰ ਬੁਲਾ ਗਿਆ ਬੁਲਾਣਾ ਜੀ ਚੱਲ ਸਾਹਿਬ ਮੈਂ ਕਿਹਾ ਵੱਡੇ ਚੌਧਰੀ ਜੀ